ਕਈ ਕਲਾਕਾਰਾਂ ਤੋਂ ਸੁਣਿਆ ਹੋਣਾ ਕਿ ਮਿਰਜ਼ੇ ਨੂੰ ਉਹਨਾਂ ਮਰਨ ਵੇਲੇ ਦੁੱਖ ਨਹੀਂ ਹੋਇਆ ਕੰਜਰ ਦਾ ਜਿੰਨਾ ਗਾਉਣ ਵਾਲੇ ਨੂੰ ਕਰ ਗਿਆ ਕਿਉਂਕਿ ਇਹ ਨਰਮੇ ਕਾਲਜੇ ਤਾਂ ਵੈਸੇ ਨਹੀਂ ਗਾਇਆ ਜਾਂਦਾ ਤੇ ਮਿਰਜ਼ਾ ਸਮਾ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲਗਾ ਇਹ ਵੀ ਬਾਬੂ ਸਿੰਘ ਮਾਨ ਹੋਰਾਂ ਦਾ ਲਿਖਿਆ ਹੋਇਆ ਹੈ ਥੋੜੀ ਜਿਹੀ ਜੇ ਗੱਲ ਸੁਣ ਲਓ ਮਿਰਜ਼ੇ ਦੀ ਤਾਂ ਤੁਹਾਨੂੰ ਹੋਰ ਵੀ ਮਜ਼ਾ ਆਊਗਾ ਸੋ ਵੀਰੇ ਤੁਸੀਂ ਵੀ ਬਹਿ ਜਾਓ ਪਲੀਜ਼ ਬੜੀ ਮਿਹਰਬਾਨੀ ਤੁਹਾਡੀ ਬਹਿ ਜਾ ਵੀਰੇ ਉਹ ਬਹਿ ਜਾ ਦੁੱਖ ਦੇਣੇ ਆ ਤੱਕੀ ਵੀ ਹੀ ਸੋਚ ਉਹ ਤੂੰ ਕਹੇਗਾ ਸਿਰ ਮੱਥੇ ਪਰ ਚਰਖਾ ਗਾਤਾ ਹੁਣ ਮੈਂ ਹੋਰ ਕਿਵੇਂ ਗਾਵਾਂ ਇੱਕ ਵਾਰੀ ਫੇਰ ਗਾ ਦੂੰਗਾ ਤੇਰੇ ਕਰਕੇ ਤੂੰ ਬਹਿ ਤੇ ਜਾ ਪਰ ਸੁਣ ਜਾ ਪਰ ਬੈਠੇ ਕਿਤੇ ਕੁਰਸੀ ਤਾਂ ਹੈ ਨਹੀਂ ਉੱਥੇ ਸਾਹਿਬਾਂ ਦਾ ਵਿਆਹ ਜਾਂਜਾ ਟੁੱਕੀ ਹੈ ਗੌਰ ਨਾਲ ਸੁਣਨਾ ਹਜ਼ੂਰ ਨੱਚਣ ਨਚਾਉਣ ਵਾਲੇ ਗੀਤ ਤੁਸੀਂ ਸੁਣਦੇ ਰਹਿੰਦੇ ਹੋ ਅਸੀਂ ਸੁਣਾਉਂਦੇ ਰਹਿੰਦੇ ਹਾਂ ਪਰ ਇਹ ਸਾਡੀ ਪੰਜਾਬ ਦੀ ਲੋਕ ਗਾਥਾ ਜੇ ਗਾਇਬ ਹੋ ਗਈ ਸਾਡਾ ਕਲਚਰ ਗਾਇਬ ਹੋ ਜਾਏਗਾ ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਨਿਊ ਜਨਰੇਸ਼ਨ ਦਾ ਜਿਹੜੀ ਇਹੋ ਜਿਹੇ ਗੀਤਾਂ ਦੀ ਫਰਮਾਇਸ਼ ਕਰਦੀ ਹੈ ਤੇ ਨਰਿੰਦਰ ਬਾਬੀ ਜੀ ਵੱਲੋਂ ਬਹੁਤ ਸਾਰਾ ਮਾਣ ਆਇਆ ਸੀ ਮੈਂ ਮਸ਼ਹੂਰ ਹਾਂ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਲਾਕਾਰ ਭਰਾਵਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਜਿਆਲਪੁਰੀ ਦਵਿੰਦਰੋਰੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਥੈਂਕ ਯੂ ਸਾਹਿਬਾਂ ਦੀ ਬਰਾਤ ਟੁੱਕ ਚੁੱਕੀ ਹੈ ਇੱਕ ਘੰਟਾ ਰਹਿੰਦਾ ਨਿਕਾਹ ਦੇ ਵਿੱਚ ਉਧਰੋਂ ਚੱਕ ਮਿਰਜ਼ੇ ਦਾ ਸੁਨੇਹਾ ਆ ਗਿਆ ਕਹਿੰਦਾ ਮੈਂ ਲੈਣ ਆ ਗਿਆ ਮਾਸੀ ਬੀਬੋ ਜਾ ਕੇ ਸਾਹਿਬਾਂ ਨੂੰ ਕਹਿੰਦੀ ਤੇਰਾ ਜੱਟ ਆ ਗਿਆ ਮਿਰਜ਼ਾ ਲੈਣ ਵਾਸਤੇ ਚੱਲੀ ਹੈ ਜਾਣਾ ਤਾਂ ਦੱਸ ਕਹਿੰਦੀ ਹਾਂ ਮਾਸੀ ਕਿਉਂ ਨਹੀਂ ਜਾਣਾ ਲਾਈਆਂ ਤਾਂ ਇਸ ਕਰਕੇ ਨੇ ਕਿ ਉਹਦੇ ਨਾਲ ਹੀ ਰਹਿਣਾ ਜਿਉਣਾ ਵੀ ਉਹਦੇ ਨਾਲ ਤੇ ਮਰਨਾ ਵੀ ਉਹਦੇ ਨਾਲ ਹੀ ਹੈ ਕਹਿੰਦੀ ਚੱਲ ਫਿਰ ਜੱਟ ਬੱਕੀ ਤੇ ਖੜਾ ਉਡੀਕਦਾ ਸਾਹਿਬਾਂ ਨੇ ਸੁਣਨ ਵਾਲੀ ਗੱਲ ਹੈ ਮਿਰਜ਼ਾ ਸਾਹਿਬਾ ਤੁਸੀਂ ਬਹੁਤ ਸੁਣਿਆ ਪਰ ਉਹਦੇ ਵਿੱਚੋਂ ਕੁਝ ਤੱਥ ਕੱਢਣ ਵਾਲੇ ਨੇ ਕਿਉਂਕਿ ਮਿਰਜ਼ਾ ਹੁਣ ਤੱਕ ਜਿੰਨੇ ਰਾਈਟਰਸ ਨੇ ਲਿਖਿਆ ਉਹ ਮਿਰਜ਼ੇ ਦੇ ਖਾਨਦਾਨ ਤੋਂ ਵਿੱਚ ਹੀ ਹੋਏ ਨੇ ਇਸ ਕਰਕੇ ਉਹਨੂੰ ਮਿਰਜ਼ੇ ਨੂੰ ਉੱਪਰ ਚੱਕ ਕੇ ਰੱਖਿਆ ਉਹਨਾਂ ਨੇ ਸਾਹਿਬਾਂ ਨੂੰ ਬੇਵਫਾ ਕਿਹਾ ਸਾਹਿਬਾ ਬੇਵਫਾ ਕਿਵੇਂ ਹੋ ਸਕਦੀ ਹੈ ਜੱਟੀ ਦਾ ਇੱਕ ਘੰਟਾ ਨਿਕਾਹ 'ਚ ਰਹਿੰਦਾ ਹੈ ਬਰਾਤ ਚੁੱਕੀ ਹੋਈ ਹੈ ਆਪਣੇ ਬਾਬਲ ਦੀ ਚਿੱਟੀ ਪੱਗ ਸ਼ਮਲੇ ਵਾਲੀ ਪੱਗ ਨੂੰ ਮਿੱਟੀ 'ਚ ਬੁਲਾ ਕੇ ਆਪਣੇ ਭਰਾਵਾਂ ਦੇ ਨੱਕ ਵੱਢ ਕੇ ਜੱਟ ਮਿਰਜ਼ੇ ਨਾਲ ਤੁਰ ਪਈ ਤੇ ਜੱਟ ਮਿਰਜ਼ੇ ਨੇ ਜੰਡ ਥੱਲੇ ਦੁਪਹਿਰਾ ਕੱਢਣ ਦਾ ਮਨ ਕਿਵੇਂ ਬਣਾ ਲਿਆ ਕਿਸੇ ਨੇ ਕਿਸੇ ਦੀ ਕੌਲੀ ਚੱਕੀ ਹੋਵੇ ਪਿੱਤਲ ਦੀ ਉਹਨੂੰ ਰਾਹ 'ਚ ਕਿਤੇ ਚੈਨ ਨਹੀਂ ਆਉਂਦੀ ਉਹ ਕੱਲੀ ਕਿਹੜੀ ਕੁੜੀ ਕੱਢ ਕੇ ਜੱਟ ਨੂੰ ਨੀਂਦ ਕਿਵੇਂ ਆ ਗਈ ਮੈਨੂੰ ਸਮਝ ਨਹੀਂ ਲੱਗੀ ਗੱਲ ਇਹ ਸੀ ਗੱਲ ਵਿੱਚੋਂ ਹੋਈ ਕੀ ਹੈ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਪੜ੍ਹਦਾ ਰਿਹਾ ਉਹ ਕਿਉਂਕਿ ਮਿਰਜ਼ਾ ਮਿਰਜ਼ੇ ਉਹਦੀ ਚਾਰ ਭਰਾ ਸੀਗੇ ਮਿਰਜ਼ਾ ਸਰਜਾ ਗਰਜਾ ਤੇ ਸਰਦੂਲ ਮਿਰਜ਼ੇ ਦੀਆਂ ਦੋ ਭੈਣਾਂ ਛੱਤੀ ਤੇ ਜ਼ਾਫਰਾਂ ਇਹਨਾਂ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਮੈਂ ਗੱਲ ਕਰਨ ਲੱਗਾ ਜੱਟ ਨੇ ਤੁਰਨ ਵੇਲੇ ਉਹਦੀ ਭੂਆ ਨੇ ਉਹਦੀ ਮਾਸੀ ਨੇ ਵੇਖ ਲਿਆ ਕਿਤੇ ਇਕੱਲਾ ਕਹਿ ਇਹਦੇ ਪਿੱਛੇ ਬਰਾਤ ਨਾ ਲੱਗ ਜਾਵੇ ਮਾਰਨ ਵਾਸਤੇ ਜੱਟ ਕਿਤੇ ਘਬਰਾ ਨਾ ਜਾਵੇ ਘਰ ਦੀ ਗੱਡੀ ਲਾਉਣ ਭਰਾਤੀ ਮਿਰਜ਼ੇ ਨੂੰ ਮਿਰਜ਼ਾ ਜਦੋਂ ਬੱਕੀ ਤੇ ਸਵਾਰ ਹੋਇਆ ਉਹਦੀ ਹੋਰ ਵੀ ਖਿੜਗੀ ਜਾ ਕੇ ਜੰਡ ਥੱਲੇ ਚੱਲਣ ਅਸਮਰਥ ਹੋ ਗਿਆ ਨਸ਼ੇ 'ਚ ਤੱਲੀ ਹੋ ਗਈ ਪਹਿਲੇ ਤੇ ਮਿਰਜ਼ਾ ਜੰਡ ਦੇ ਥੱਲੇ ਤੀਰਾਂ ਨੂੰ ਟੰਗ ਦਿੰਦਾ ਉਧਰੋਂ ਜਿਨ੍ਹਾਂ ਦੀ ਕੁੜੀ ਨਿਕਲੀ ਹੋਵੇ ਕਿਵੇਂ ਗੈਰ ਨਾਲ ਬੈਠ ਜਾਣਗੇ ਕਿਵੇਂ ਗੈਰਤ ਵਾਲੇ ਬੰਦੇ ਬੈਠ ਜਾਣਗੇ ਜੱਟ ਮਿਰਜ਼ੇ ਨੂੰ ਭਾਲਦੇ ਸਾਹਿਬਾਂ ਦੇ ਭਰਾ ਉਹ ਜੰਡ ਥੱਲੇ ਆ ਜਾਂਦੇ ਆ ਸਾਹਿਬਾ ਮੁੱਠੀ 'ਚ ਜਾਨ ਤਲੀਆਂ ਨੂੰ ਮਹਿੰਦੀ ਲੱਗੀ ਹੈ ਗੁੱਟਾਂ ਨੂੰ ਕਰੀਰੇ ਬੱਧੇ ਨੇ ਜੱਟੀ ਬੇਵਸ ਹੋ ਕੇ ਜੱਟ ਦੇ ਕੋਲ ਬੈਠੀ ਹੈ ਕਦੇ ਤੀਰਾਂ ਵੱਲ ਵੇਖਦੀ ਹੈ ਕਦੇ ਵੀਰਾਂ ਵੱਲ ਵੇਖਦੀ ਹੈ ਨਾ ਤੀਰ ਚੱਲ ਸਕਦੇ ਹੈ ਨਾ ਵੀਰ ਚੱਲ ਸਕਦੇ ਹੈ ਜੱਟੀ ਕਰੇ ਤਾਂ ਕੀ ਕਰੇ ਉਹ ਮਿਰਜ਼ੇ ਨੂੰ ਚੁਕਾਉਂਦੀ ਹੈ ਮਿਰਜ਼ਾ ਨਸ਼ੇ 'ਚ ਟੱਲੀ ਹੋ ਕੇ ਪਿਆ ਕੀ ਕਹਿੰਦੀ ਹੈ ਜ਼ਰਾ ਗੌਰ ਨਾਲ ਸੁਣਾ ਕੀ ਵਹਿ ਟਾਈ ਲਾ ਕੇ ਮਿਰਜ਼ਾ ਗਾਉਣਾ ਏਦਾਂ ਲੱਗਦਾ ਜਿਵੇਂ ਬਰੈਡਾਂ ਨਾਲ ਸਾਗ ਖਾਈਦਾ ਹੁੰਦਾ ਪਰ ਫਿਰ ਵੀ ਸੁਣੋ ਕਹਿੰਦੇ ਚੱਟੀ ਮਿਰਜ਼ਾ ਨਾ ਟੱਪਿਆ ਏਦੀ ਜੰਮੂ ਕਬਰ ਤੇ ਕਹਾ ਜੱਟ ਮਿਰਜ਼ਾ ਨਾ ਟੱਪਿਆ ਇਹਦੀ ਜੰਮੂ ਕਬਰ ਤੇ ਕਹਾ ਕਹਾ ਜੁਗਣ ਗੀਆਂ ਇਥੋਂ ਦੀਆਂ ਮੱਛੀਆਂ ਦੁੱਧ ਦੇਣ ਗੀਆਂ ਦੂਣ ਤੋਂ ਸਵਾ ਦੁੱਧ ਪੀਣ ਗੀਆਂ ਸਿਆਲਾਂ ਦੀਆਂ ਨਦੀਆਂ ਤੇ ਇਸ਼ਕ ਉੱਠੂ ਦਾ ਢੋਲ ਵਜਾ ਹਥਿਆਰ ਨੇ ਆਪ ਨਹੀਂ ਚੱਲਣਾ
ਹਥਿਆਰ ਤਾਂ ਚਲਾਉਣਾ ਪੈਣਾ ਜੇ ਚਲਾਉਣ ਵਾਲੇ ਨੂੰ ਹੋਸ਼ ਨਾ ਰਵੇ ਤੇ ਸਹਿਬਾ ਦਾ ਕੀ ਕਸੂਰ ਹੈ ਲਿਖਿਆ ਉਹ ਜਿਹੜੇ ਮਿਰਜ਼ੇ ਨੇ ਵਰਤੀ ਨਾ ਜਿਹੜੇ ਮਿਰਜ਼ੇ ਨੇ ਵਰਤੀ ਨਾ ਉਹ ਨਾ ਤੀਰਾਂ ਦਾ ਕੀ ਕਰ ਲਾ ਜਿਹੜੇ ਮਿਰਜ਼ੇ ਨੇ ਵਰਤੀ ਨਾ ਬੰਦਿਸ਼ ਕਰਕੇ ਨਹੀਂ ਪਾ ਸਕਿਆ ਸੋਨੀ ਸਾਬਾ ਸੋਚਦੀ ਹੈ ਕਿ ਮੇਰੇ ਤੋਂ ਪਹਿਲਾਂ ਦੋ ਕੁੜੀਆਂ ਨੇ ਹੋਰ ਇਸ਼ਟ ਕੀਤਾ ਇੱਕ ਸੋਨੀ ਨੇ ਕੀਤਾ ਡੁੱਬ ਕੇ ਮਰ ਗਈ ਸੱਸੀ ਨੇ ਕੀਤਾ ਤੇ ਪਾਣੀ ਤੋਂ ਤਰਸਦੀ ਮਰ ਗਈ ਇੱਕ ਡੁੱਬ ਕੇ ਮਰ ਗਈ ਇੱਕ ਤਰਸਦੀ ਮਰ ਗਈ ਸਾਬਾ
تُو بھی عشق کیتا ہے تیرا کی حشر ہوئے گا اللہ پاک جاندا ہے ذرا دیکھ ہمارا کی لکھے ہوئے I love you, I love you, I love you.